उत्थे ही हुण आप वर्कर भी उस राह तुर पए ने, यानी हुण आप वर्कर ट्रक यूनियन की प्रधानगी नूं लै के आपस विच ही खैबड़दे नज़र आ रहे ने। मामला फरीदकोट हल्के का सादिक ट्रक यूनियन की प्रधानगी नूं लै के सामने आया, जिथे आप वर्कर आपस विच ही ट्रक यूनियन की प्रधानगी नूं लै के नज़र आए, लड़दे नज़र आए। सो तस्वीरां वेख सकदे हो, सादिक ट्रक यूनियन की प्रधानगी नूं लै के रौला पिया सी, जिथे ट्रक यूनियन की प्रधानगी नूं लै के आप दे दो धड़े आमो सामने हो गए ते गल हथों पाई तक पहुँच गई। तस्वीरां वेख सकदे हो, जदों आप वर्करां वल्लों एक धड़े वल्लों अपना प्रधान चुनिया जा रहा सी तां दूजे धड़े वल्लों विरोध किया गया, तां जदों विरोध किया गया तां गल हथों पाई तक पहुँच गई। तां तुहानूं उन्हां दे बयान भी सुनावांगे, आप वर्कर की कहिंदे नज़र आए। एक धड़ा दूजे ते आरोप लाउंदा नज़र आया कि जदों तक आप हल्के दा माफ़ करना, जदों तक फरीदकोट हल्के दा MLA गुरदित सिंह सेखों आप आके खुद आके प्रधानगी लई कोई बंदे नहीं चुनदा, उदों तक उह विरोध ही करनगे। सो तस्वीरां फरीदकोट हल्का दे सादिक ट्रक यूनियन दे प्रधानगी नूं लै के आ, तुहानूं बयान भी सुना दिंदे आ की कहना दूजे जिन्हां जिस धड़े वल्लों विरोध किया गया है। ਗੱਡੀ ਹੈ ਨਹੀਂ ਜੀ ਜਿਹਨੂੰ ਪ੍ਰਧਾਨ ਬਣਾ ਕੇ ਲਿਆਂਦਾ ਗਿਆ। ਦੂਜਾ ਨੰਬਰ ਇਹ ਆ ਵੀ ਸਾਨੂੰ MLA ਗੁਰਦਿੱਤ ਸਿੰਘ ਸੇਖੋਂ ਬੰਦਾ ਦੇ ਦੇਵੇ ਅਸੀਂ ਮੰਨ ਲਾਂਗੇ, ਪਰ ਸੇਖੋਂ ਸਾਹਿਬ ਤਾਂ ਆਈ ਨਹੀਂ। ਸੇਖੋਂ ਸਾਹਿਬ ਨੇ ਕੁਛ ਨਹੀਂ ਕਿਹਾ ਕਿਸੇ ਨੂੰ ਪ੍ਰਧਾਨ ਬਣਾਉਣ ਵਾਸਤੇ, ਆਪਦੀ ਮਰਜ਼ੀ ਨਾਲ ਹੀ ਫਿਰਦੇ ਆ। ਹੁਣ ਪ੍ਰਧਾਨ ਇਹਨਾਂ ਨੇ ਚੁਣ ਲਿਆ, ਤੁਸੀਂ ਹੁਣ ਬਿਲਕੁਲ ਨਹੀਂ ਮੰਨਾਂਗੇ ਜੀ, ਸਾਰੀ ਗੱਲ ਕਰਾਂਗੇ, ਭੁੱਖ ਹੜਤਾਲ ਤੇ ਬਹਿ ਜਾਾਂਗੇ, ਧਰਨੇ ਤੇ ਬਹਿ ਜਾਾਂਗੇ, ਫਰੀਦਕੋਟ ਚੌਂਕ 'ਚ ਜਾ ਕੇ ਵੱਖਰੀ ਚੋਣ ਬਿਲਕੁਲ ਨਹੀਂ ਮੰਨਾਂਗੇ, ਵੱਖਰੀ ਚੋਣ ਕਰੋਗੇ ਕਿ ਇਸ ਨਾਲ ਸਹਿਮਤ ਹੋ ਕੇ ਚੱਲੋਗੇ? ਸੇਖੋਂ ਸਾਹਿਬ ਨਾਲ ਸਹਿਮਤ ਹੋਵਾਂਗੇ, ਜੋ ਸੇਖੋਂ ਸਾਹਿਬ ਕਰਨਗੇ ਉਹ ਮਨਜ਼ੂਰ ਹੋ। ਤੁਸੀਂ ਵੀ ਆਪ ਦੇ ਧੜੇ ਦੇ ਬੰਦੇ ਹੋ? ਬਿਲਕੁਲ ਜੀ ਬਿਲਕੁਲ, ਮੈਂ ਆਮ ਆਦਮੀ ਦਾ ਪਾਰਟੀ ਦਾ ਬੰਦਾ ਜੀ, ਵੋਟਾਂ ਪਾਈਆਂ ਜੀ, ਜਿਤਾ ਕੇ ਭੇਜਿਆ ਸੇਖੋਂ ਸਾਹਿਬ ਨੂੰ। ਤੁਸੀਂ ਹੁਣ ਕਿਹੜੇ ਧੜੇ ਨਾਲ ਸੰਬੰਧ ਰੱਖਦੇ ਹੋ? आम आदमी पार्टी नहीं रखते हैं जी संबंध, असी कह भाव पर सानू यह प्रधान ना मंजूर आ, ना तो कोई ट्रक आ ना ही इस लैंड बारे कुछ जानता। बिलकुल नहीं होने देंगे, चीज बिलकुल गलत आ। असी उस वीर नूं भी रोकिया, अमन वीर नूं आम आदमी पार्टी का बंदा, उन्होंने भी रोकिया भी ना ये काम कर, ये मंजूर नहीं होना। ਉੱਥੇ ਹੀ ਪ੍ਰਧਾਨਗੀ ਲਈ ਚੁਣੇ ਗਏ ਵਿਅਕਤੀ ਦਾ ਕੀ ਕਹਿਣਾ ਆਓ ਉਹ ਵੀ ਸੁਣਾ ਦਿੰਦੇ ਹਾਂ। ਅੱਜ ਟਰੱਕ ਜਿਹਨੇ ਸਾਦਕ ਦਾ ਪ੍ਰਧਾਨ ਬਣਾਇਆ, ਬਾਹਰ ਰੌਲਾ ਚੱਲੀ ਜਾਂਦਾ ਹੈ, ਪ੍ਰਧਾਨਗੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੇ ਵਿਰੋਧ ਨਾ ਆਵੇ ਤਾਂ ਫਿਰ ਕੋਈ ਕੰਮ ਕਰਨ ਦਾ ਸਵਾਦ ਵੀ ਨਹੀਂ ਆਉਂਦਾ। ਵਿਰੋਧ ਜ਼ਰੂਰੀ ਆ ਜੀ, ਸਾਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਸਾਰੇ ਟਰੱਕ ਆਪਰੇਟਰ ਸਾਡੇ ਨਾਲ ਆ ਜੀ, ਅਸੀਂ ਤੁਹਾਨੂੰ ਮਨੋ ਦਿਲੋਂ ਯੂਨੀਅਨ ਨੂੰ ਕਾਮਯਾਬ ਕਰਨ 'ਚ ਯੋਗਦਾਨ ਦੇਵਾਂਗੇ ਜੀ, ਬਾਕੀ ਸਾਰੇ ਭਰਾ ਮੇਰੇ ਨਾਲ ਆ ਜੀ। ਇਹਨੂੰ ਆਪਾਂ ਰੌਲਾ ਰੱਪਾ ਨਹੀਂ ਕਹਿ ਸਕਦੇ, ਜਾਣ ਬੁੱਝ ਕੇ ਵਿਰੋਧੀ ਪਾਰਟੀਆਂ ਵੱਲੋਂ ਇਹ ਲੋਕ ਖੜੇ ਕੀਤੇ ਜਾ ਰਹੇ ਆ। ਇਹਨੂੰ 10 ਦਿਨ ਪਹਿਲਾਂ ਮੀਟਿੰਗ ਹੋਈ ਸੀ, ਪਹਿਲਾਂ ਵੀ ਸਾਰਿਆਂ ਨਾਲ ਗੱਲਬਾਤ ਹੋਈ, ਉੱਥੋਂ ਸਾਰਾ ਸਿੱਟਾ ਨਿਕਲਿਆ ਸੀ, ਜੋ ਸਿੱਟਾ ਨਿਕਲਿਆ ਸੀ ਉਹ ਅਸੀਂ ਉਹਨੂੰ ਅੱਜ ਨੇਪਰੇ ਚੜ੍ਹਨ ਵਾਸਤੇ ਉਹਦਾ ਰਿਜ਼ਲਟ ਲੋਕਾਂ ਦੇ ਸਾਹਮਣੇ ਲੈ ਕੇ ਆਏ। ਤਾਂ ਕੁਝ ਪਿਛਲੇ ਦਿਨਾਂ ਤੋਂ ਵੀ ਸਾਨੂੰ ਪਹਿਲਾਂ ਹੀ ਪਤਾ ਸੀ ਇਸ ਗੱਲ ਦਾ, ਕੁਛ ਪਿਛਲੇ ਦਿਨਾਂ ਤੋਂ ਹੀ ਇਹ ਚੱਲ ਰਿਹਾ ਸੀਗਾ ਵੀ ਜਿਹੜੇ ਵਿਰੋਧੀ ਲੋਕ ਹੈਗੇ ਆ, ਸ਼ਰਾਰਤੀ ਅੰਸਰ ਹੈਗੇ ਆ ਜਾਂ ਵਿਰੋਧੀ ਹੈਗੇ ਆ, ਤਾਂ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਰੌਲਾ ਗੁੱਲਾ ਕਰਕੇ ਕੁੱਲ ਮਕਾ ਕੇ ਜਿਹੜੇ ਮਗਰਲੇ ਪੁਰਾਣੇ ਕਾਬਜ਼ ਲੋਕ ਸੀਗੇ ਉਹਨਾਂ ਨੇ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਉਸਕਾ ਕੇ ਤਾਂ ਆਹ ਕੰਮ ਕਰਾਇਆ, ਤਾਂ ਕਿ ਜਿਹੜਾ ਪਿਛਲਾ ਜਿਹੜਾ ਜੋ ਲੇਖਾ ਜੋਖਾ ਹੈਗਾ ਉਹ ਸਾਡੇ ਕੋਲ ਹੀ ਹੈ ਜੀ। ਜਿਹੜਾ ਬਚਦਾ ਪੈਸਾ ਤੁਹਾਨੂੰ ਦੱਸ ਸਕਾਂ, ਪਿਛਲੇ ਕਣਕ ਦੇ ਸੀਜ਼ਨ ਦੇ ਨਵਾਂ ਸੀਜ਼ਨ ਆ ਗਿਆ, ਪਿਛਲੇ ਕਣਕ ਦੇ ਸੀਜ਼ਨ ਦੇ ਆਹ ਟਰੱਕ ਆਪਰੇਟਰ ਦੇ ਪੈਸੇ ਖੜੇ ਆ, ਕਿਰਾਇਆ ਖੜਾ ਜੀ। ਇਸ ਕਰਕੇ ਉਹ ਲੋਕ ਜਾਣ ਬੁੱਝ ਕੇ ਹੱਲਾ ਗੁੱਲਾ ਕਰਾਉਂਦੇ ਆ ਵੀ ਐਂ ਲੌਂਕਦਾ ਰਹੇ ਕੰਮ 'ਤੇ, ਐਂ ਸਾਡਾ ਇੱਥੇ ਕਬਜ਼ਾ ਹੋਵੇ, ਅਸੀਂ ਲੋਕਾਂ ਦਾ ਪੈਸਾ ਖਾਂਦੇ। ਠੀਕ ਹੈ, ਉਹ ਤਸਵੀਰਾਂ ਸਾਦਿਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਸਾਹਮਣੇ ਆ ਰਹੀ ਨੇ। ਜਦੋਂ ਬੀਤੇ ਦਿਨੀ ਸਾਦਿਕ ਟਰੱਕ ਯੂਨੀਅਨ ਪ੍ਰਧਾਨ ਨੂੰ ਲੈ ਕੇ ਚੋਣ ਹੋ ਰਹੀ ਸੀ ਤਾਂ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਵਿਚਕਾਰ ਹੱਥੋਂ ਪਾਈ ਹੋ ਗਈ, ਦੋ ਧੜੇ ਆਪਸ ਵਿੱਚ ਖੈਂਦੇ ਨਜ਼ਰ ਆਏ। ਸੋ ਇੱਕ ਧੜੇ ਦੂਜੇ ਧੜੇ ਵੱਲੋਂ ਵਿਰੋਧ ਕਰਨ ਵਾਲੇ ਧੜੇ ਵੱਲੋਂ ਵੀ ਦਾਅਵਾ ਕੀਤਾ ਗਿਆ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ, ਅਤੇ ਨਾਲ ਹੀ ਉਹਨਾਂ ਨੇ ਇਤਰਾਜ਼ ਜਤਾਇਆ ਕਿ ਜਿਸ ਵਿਅਕਤੀ ਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਉਹਨਾਂ ਨੂੰ
वो नहीं मंजूर है। तो इस दे नाल ही कहते नज़र आए कि जदों तक खुद MLA आके किसी भी व्यक्ति नूं मंजूरी नहीं दिंदे, किसी भी व्यक्ति नूं प्रधानगी लई नहीं चुनते, उदों तक वो फैसले नूं नहीं मानते। सो जदों आपस विच प्रधानगी लई चोण हुई तां दोवे आम आदमी पार्टी दे दोनों वर्कर आपस विच कहिंदे नज़र आए। एक धड़े वालों जिस धड़े वालों प्रधानगी लई गई तां उस धड़े वालों दू विरोध करन वाले व्यक्ति नूं धक्के मार के कमरे विचों बाहर कढ दित्ता जांदा है, अते जिस तों बाद हार पा के अपने प्रधान वाइस प्रधान अते होर अहुदेदार चुन लए जांदे ने। तस्वीरां सादिक ट्रक यूनियन प्रधानगी नूं लै के सामने आई ने। सो फरीदकोट हलके दियां ने जिथे सादिक ट्रक यूनियन की प्रधानगी नूं लै के आम आदमी पार्टी दे आपस विच वर्कर खेंदे हुए नज़र आए।